ਪਟੋਲਾ ਸਾਹਿਬ ਸਰਾਲੀ ਰੋਡ ਤੇ ਨਾਕਾਬੰਦੀ ਦੌਰਾਨ ਬਿਨਾਂ ਮਾਸਕ ਤੋਂ ਆਉਂਦੇ ਜਾਂਦੇ ਰਾਗੀਰਾਂ ਨੂੰ ਰੋਕ ਕੇ ਉਹਨਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਇਸ ਮੌਕੇ ਉਹਨਾਂ ਨਾਲ ਪੁੱਜੀ ਸਿਹਤ ਵਿਭਾਗ ਦੀ ਟੀਮ ਨੇ ਮੌਕੇ ਤੇ ਹੀ ਰਾਗੀਰਾਂ ਦੀ ਕੋਰੋਨਾ ਟੈਸਟਿੰਗ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਅੱਜ ਇਸ ਮੌਕੇ ਉਹਨਾਂ ਵੱਲੋਂ ਬਿਨਾਂ ਮਾਸਕ ਪਹਿਨੇ 3 ਰਾਗੀਰਾਂ ਦੇ ਮੌਕੇ ਤੇ ਚਲਾਨ ਕੱਟੇ ਅਤੇ ਅੱਜ ਜਿਨ੍ਹਾਂ 71 ਵਿਅਕਤੀਆਂ ਦੇ ਟੈਸਟ ਲਈ ਸੈਂਪਲ ਲਏ ਹਨ ਉਹਨਾਂ ਦੀ ਰਿਪੋਰਟ 3 ਦਿਨਾਂ ਬਾਅਦ ਆ ਜਾਵੇਗੀ, ਜਿਸ ਸੰਬੰਧੀ ਸੰਬੰਧਿਤ ਵਿਅਕਤੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅੱਜ ਜਿਹੜੇ ਨਾ ਜੀ ਇਹ ਅਸੀਂ ਔਨ ਰੋਡ ਜਿਹੜਾ ਕੋਵਿਡ-19 ਦਾ ਜਿਹੜਾ ਟੈਸਟ ਹੈ ਉਹਦੇ ਜਿਹੜੇ ਆ ਸੈਂਪਲ ਦਵਾਏ ਗਏ ਆ ਅਤੇ ਇਹ ਕੰਪੇਨਿੰਗ ਸਾਡੀ ਕੱਲ੍ਹ ਤੋਂ ਚੱਲ ਰਹੀ ਸੀ ਅਤੇ ਇਹ ਕੱਲ੍ਹ ਤੱਕ ਕੰਟੀਨਿਊ ਜਿਹੜੀ ਇਹ ਚੱਲਦੀ ਰਹੇਗੀ। ਇਹਦਾ ਇਹ ਹੈ ਵੀ ਜਿਨ੍ਹਾਂ ਨੇ ਜਿਹੜੇ ਅਣਗਹਿਲੀ ਕਰ ਜਾਂਦੇ ਆ, ਜਿਹੜੇ ਹੋਸਪਿਟਲ ਨਹੀਂ ਜਾਂਦੇ ਜਾਂ ਜਿਨ੍ਹਾਂ ਨੂੰ ਹੋਸਪਿਟਲ ਜਾਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਆ, ਉਹਨਾਂ ਨੂੰ ਅਸੀਂ ਗੱਡੀਆਂ ਨੂੰ ਇੱਥੇ ਰੋਕ ਕੇ, ਜਿਹੜੇ ਮਾਸਕ ਨਹੀਂ ਪਾਏ ਹੁੰਦੇ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਇੱਥੇ ਟੈਸਟਿੰਗ ਲਈ ਬਿਠਾ ਕੇ ਔਨ ਦੀ ਸਪੋਟ ਉਹਨਾਂ ਦਾ ਟੈਸਟ ਕਰ ਲਿਆ ਜਾਂਦਾ ਤਾਂ ਕਿ ਇਹ ਜਿਹੜਾ ਕਰੋਨਾ ਦੀ ਜਿਹੜੀ ਮਹਾਂਮਾਰੀ ਬਿਮਾਰੀ ਹੈ ਵੱਧ ਰਹੀ ਹੈ ਇਹਨੂੰ ਜਿਹੜਾ ਵੱਧ ਤੋਂ ਵੱਧ ਇਹਨਾਂ ਦੇ ਸੈਂਪਲ ਲੈ ਕੇ ਅਤੇ ਇਹਦੀ ਜਿਹੜੀ ਆ ਰੋਕਥਾਮ ਕੀਤੀ ਜਾ ਸਕੇ ਅਤੇ ਜਿਹੜੇ ਕੋਵਿਡ-19 ਦੇ ਜਿਹੜੇ ਪੋਜ਼ਿਟਿਵ ਆ ਉਹਨਾਂ ਬਾਰੇ ਪਤਾ ਲੱਗ ਸਕੇ। ਇਹ ਤਕਰੀਬਨ 70-75 ਲੋਕਾਂ ਦੇ ਜਿਹੜੇ ਆ ਅਸੀਂ ਜੀ ਨੀਅਰ ਅਬਾਊਟ ਟੈਸਟ ਕਰ ਚੁੱਕੇ ਹਾਂ ਹੁਣ ਤੱਕ ਅਤੇ ਇਹਨਾਂ ਦੇ ਜਿਹੜੇ ਆ 3 ਚਲਾਨ ਜਿਹੜੇ ਆ ਇਹ ਅਸੀਂ ਵਿਦਆਊਟ ਮਾਸਕ ਜਿਹੜੇ ਆ ਨਾਲ ਇਹਨਾਂ ਦੇ 3 ਚਲਾਨ ਕੀਤੇ ਆ। ਚੋਲਾ ਸਾਹਿਬ ਸਰਾਲੀ ਰੋਡ ਤੇ ਨਾਕਾਬੰਦੀ ਦੌਰਾਨ ਬਿਨਾਂ ਮਾਸਕ ਤੋਂ ਆਉਂਦੇ ਜਾਂਦੇ ਰਾਗੀਰਾਂ ਨੂੰ ਰੋਕ ਕੇ ਉਹਨਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਇਸ ਮੌਕੇ ਉਹਨਾਂ ਨਾਲ ਪੁੱਜੀ ਸਿਹਤ ਵਿਭਾਗ ਦੀ ਟੀਮ ਨੇ ਮੌਕੇ ਤੇ ਹੀ ਰਾਗੀਰਾਂ ਦੀ ਕੋਰੋਨਾ ਟੈਸਟਿੰਗ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਅੱਜ ਇਸ ਮੌਕੇ ਉਹਨਾਂ ਵੱਲੋਂ ਬਿਨਾਂ ਮਾਸਕ ਪਹਿਨੇ 3 ਰਾਗੀਰਾਂ ਦੇ ਮੌਕੇ ਤੇ ਚਲਾਨ ਕੱਟੇ ਅਤੇ ਅੱਜ ਜਿਨ੍ਹਾਂ 71 ਵਿਅਕਤੀਆਂ ਦੇ ਟੈਸਟ ਲਈ ਸੈਂਪਲ ਲਏ ਹਨ ਉਹਨਾਂ ਦੀ ਰਿਪੋਰਟ 3 ਦਿਨਾਂ ਬਾਅਦ ਆ ਜਾਵੇਗੀ, ਜਿਸ ਸੰਬੰਧੀ ਸੰਬੰਧਿਤ ਵਿਅਕਤੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅੱਜ ਜਿਹੜੇ ਨਾ ਜੀ ਇਹ ਅਸੀਂ ਔਨ ਰੋਡ ਜਿਹੜਾ ਕੋਵਿਡ-19 ਦਾ ਜਿਹੜਾ ਟੈਸਟ ਹੈ ਉਹਦੇ ਜਿਹੜੇ ਆ ਸੈਂਪਲ ਦਵਾਏ ਗਏ ਆ ਅਤੇ ਇਹ ਕੰਪੇਨਿੰਗ ਸਾਡੀ ਕੱਲ੍ਹ ਤੋਂ ਚੱਲ ਰਹੀ ਸੀ ਅਤੇ ਇਹ ਕੱਲ੍ਹ ਤੱਕ ਕੰਟੀਨਿਊ ਜਿਹੜੀ ਇਹ ਚੱਲਦੀ ਰਹੇਗੀ। ਇਹਦਾ ਇਹ ਹੈ ਵੀ ਜਿਨ੍ਹਾਂ ਨੇ ਜਿਹੜੇ ਅਣਗਹਿਲੀ ਕਰ ਜਾਂਦੇ ਆ, ਜਿਹੜੇ ਹੋਸਪਿਟਲ ਨਹੀਂ ਜਾਂਦੇ ਜਾਂ ਜਿਨ੍ਹਾਂ ਨੂੰ ਹੋਸਪਿਟਲ ਜਾਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਆ, ਉਹਨਾਂ ਨੂੰ ਅਸੀਂ ਗੱਡੀਆਂ ਨੂੰ ਇੱਥੇ ਰੋਕ ਕੇ, ਜਿਹੜੇ ਮਾਸਕ ਨਹੀਂ ਪਾਏ ਹੁੰਦੇ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਇੱਥੇ ਟੈਸਟਿੰਗ ਲਈ ਬਿਠਾ ਕੇ ਔਨ ਦੀ ਸਪੋਟ ਉਹਨਾਂ ਦਾ ਟੈਸਟ ਕਰ ਲਿਆ ਜਾਂਦਾ ਤਾਂ ਕਿ ਇਹ ਜਿਹੜਾ ਕਰੋਨਾ ਦੀ ਜਿਹੜੀ ਮਹਾਂਮਾਰੀ ਬਿਮਾਰੀ ਹੈ ਵੱਧ ਰਹੀ ਹੈ ਇਹਨੂੰ ਜਿਹੜਾ ਵੱਧ ਤੋਂ ਵੱਧ ਇਹਨਾਂ ਦੇ ਸੈਂਪਲ ਲੈ ਕੇ ਅਤੇ ਇਹਦੀ ਜਿਹੜੀ ਆ ਰੋਕਥਾਮ ਕੀਤੀ ਜਾ ਸਕੇ ਅਤੇ ਜਿਹੜੇ ਕੋਵਿਡ-19 ਦੇ ਜਿਹੜੇ ਪੋਜ਼ਿਟਿਵ ਆ ਉਹਨਾਂ ਬਾਰੇ ਪਤਾ ਲੱਗ ਸਕੇ। ਇਹ ਤਕਰੀਬਨ 70-75 ਲੋਕਾਂ ਦੇ ਜਿਹੜੇ ਆ ਅਸੀਂ ਜੀ ਨੀਅਰ ਅਬਾਊਟ ਟੈਸਟ ਕਰ ਚੁੱਕੇ ਹਾਂ ਹੁਣ ਤੱਕ ਅਤੇ ਇਹਨਾਂ ਦੇ ਜਿਹੜੇ ਆ 3 ਚਲਾਨ ਜਿਹੜੇ ਆ ਇਹ ਅਸੀਂ ਵਿਦਆਊਟ ਮਾਸਕ ਜਿਹੜੇ ਆ ਨਾਲ ਇਹਨਾਂ ਦੇ 3 ਚਲਾਨ ਕੀਤੇ ਆ। ਤਰਨ ਤਾਰਨ ਤੋਂ ਜਗਜੀਤ ਸਿੰਘ ਡਲ ਦੀ ਰਿਪੋਰਟ, ਪਬਲਿਕ ਟਾਈਮਜ਼।